मीरा बाई भगत रविदास जी के चरणों च बैठी है कहिंदी जी मैनू अपना नाम दे दिओ आखो सतनाम देखो नाम उतरा बन के की गुरु धारण कर लिया कई दिन रही रविदास महाराज जी के मंदिर च मीरा बाई फिर वापस चली गई हुण पंडित इकट्ठे होए तां गुरमुख प्यारे उहदे कोल पहुंच गए जुगल बाज नाल जुगलियों बाज रहिंदे गल कहते जिनो आदत पै जाए चीज तो मजबूर है जाके ओदे पर राजे दे कन्न भर दिते राजा गिरद गुरमुख प्यारे कन्न भरे कन्न भर करके गुरमुख प्यारे राजा सागर नूं सारी गल्लां दसियां जदों भी थोड़े तां घर नूं लाग लाता थोड़ी नूह ने कहते की कीता ਉਹ ਗਈ ਆ ਰਵਿਦਾਸ ਛੁੰਦਰ ਦੇ ਚਰਨਾਂ ਚ ਬੈਠੀ ਆ ਗੁਰੂ ਧਾਰਨ ਕਰਕੇ ਆਈ ਚਰਨਾਂ ਅੰਮ੍ਰਿਤ ਪੀ ਗਈ ਆਈ ਉਹਦਾ ਆਖੋ ਸਤਨਾ ਚਰਨਾਂ ਅੰਮ੍ਰਿਤ ਪੀ ਗਏ ਆ ਤੁਸੀਂ ਤਾਂ ਪਿੱਟੇ ਗਏ ਸਾਰੇ ਤੁਹਾਡਾ ਤਾਂ ਰਾਜ ਭਾਗ ਖਤਮ ਹੈ ਕਲੰਕਿਤ ਕਰਦਾ ਤੁਹਾਨੂੰ ਤੁਹਾਡੀ ਨੂੰਹ ਨੇ ਉਸੇ ਤਰ੍ਹਾਂ ਜਿਵੇਂ ਪਹਿਲਾਂ ਜਪਦੀ ਹੁੰਦੀ ਸੀ ਉਸੇ ਤਰ੍ਹਾਂ ਹੁਣ ਜਪਦੀ ਹੈ ਰਾਜਾ ਬੜਾ ਹੈਰਾਨ ਹੋਇਆ ਉਹਨੇ ਕਈ ਵਾਰੀ ਮੀਰਾ ਨੂੰ ਕਹਿਣਾ ਮੀਰਾ ਤੂੰ ਸਾਧਨੀ ਵਾਲਾ ਲਿਬਾਸ ਜਾਣਾ ਪਾਇਆ ਕਰ ਤੂੰ ਹੈ ਰਾਣੀ ਗਹਿਣੇ ਗੱਟੇ ਪਾ ਕੇ ਰਾਜ ਘਰਾਣੇ ਦੇ ਵਿੱਚ ਟਹਿਲਿਆ ਕਰ ਤੂੰ ਸਾਰਾ ਦਿਨ ਅੰਦਰ ਬੜੀ ਬੈਠੀ ਰਹਿੰਦੀ ਹੈ ਕਿਹਦੀ ਬੰਦਗੀ ਕਰਦੀ ਹੈ ਕਹਿੰਦੀ ਮੈਂ ਕ੍ਰਿਸ਼ਨ ਭਗਵਾਨ ਨੂੰ ਮੰਨਦੀ ਹਾਂ ਮੈਂ ਉਹਨਾਂ ਦੀ ਬੰਦਗੀ ਕਰਦੀ ਹਾਂ